ਭਾਈ ਕੰਗਣਾ ਰਣੌਤ ਦੀ ਜਿਹੜੀ ਫਿਲਮ ਆ ਰਹੀ ਸੀ ਜਿਸ ਦੇ ਉੱਪਰ ਰੋਕ ਲੱਗੀ ਹੋਈ ਸੀ, ਹੁਣ ਵੱਡਾ ਫੈਸਲਾ ਆ ਗਿਆ ਇਸ ਫਿਲਮ ਦੇ ਉੱਪਰ, ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋਇਆ। ਬਹੁਤ ਮਾੜੀ ਖਬਰ ਹੈ ਜਿਹੜੀ ਸਾਹਮਣੇ ਆਈ ਹੈ, ਪਰ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਤਸੱਲੀ ਵੀ ਆ ਕਿ ਯਾਰ ਕੁਝ ਨਾ ਕੁਝ, ਚਲੋ ਅਗਰ ਮਿਹਨਤ ਕਰੀ ਸੀ ਆਪਣੇ ਪੱਲੇ ਵੀ ਕੁਝ ਨਾ ਕੁਝ ਪਿਆ, ਕਿਉਂਕਿ ਬਹੁਤ ਕੁਝ ਗਲਤ ਦਿਖਾਤਾ ਸੀ ਕੰਗਣਾ ਰਣੌਤ ਨੇ ਇਸ ਫਿਲਮ ਦੇ ਵਿੱਚ, ਇਸ ਕਰਕੇ ਫਿਲਮ ਦੇ ਉੱਪਰ ਰੋਕ ਲੱਗੀ ਹੋਈ ਸੀ। ਪਰ ਹੁਣ ਕੋਰਟ ਦੇ ਵਿੱਚ ਜਦੋਂ ਮਾਮਲਾ ਗਿਆ, ਕੋਰਟ ਦੇ ਵਿੱਚ ਕੀ ਹੋਇਆ, ਫਿਲਮ ਤਾਂ ਰਿਲੀਜ਼ ਹੋਊਗੀ, ਫਿਲਮ ਨੂੰ ਹਰੀ ਝੰਡੀ ਮਿਲ ਗਈ, ਪਰ ਕੀ ਚੀਜ਼ਾਂ ਨੇ, ਕਿਹੜੇ ਸੀਨ ਕੱਟਣ ਨੂੰ ਕਿਹਾ ਕੋਰਟ ਨੇ, ਮੈਂ ਉਹ ਥੋੜ੍ਹੀ ਜਿਹੀ ਗੱਲਬਾਤ ਹੈ ਜਿਹੜੀ ਤੁਹਾਨੂੰ ਦੱਸ ਦਿੰਦਾ। ਤਾਂ ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਗੁਰਮੁਖ ਸੰਧੂ, ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ। ਤੁਹਾਨੂੰ ਪਤਾ ਹੀ ਹੈ ਕਿ ਕੰਗਣਾ ਰਣੌਤ ਦੀ ਜਿਹੜੀ ਫਿਲਮ ਆ ਰਹੀ ਸੀ ਐਮਰਜੈਂਸੀ, ਉਸ ਨੂੰ ਲੈ ਕੇ ਕੋਰਟ ਦੇ ਵਿੱਚ ਜਿਹੜਾ ਮਾਮਲਾ ਸੀ ਚੱਲ ਰਿਹਾ ਸੀ, ਕਿਉਂਕਿ ਸੈਂਸਰ ਬੋਰਡ ਨੇ ਪਹਿਲਾਂ ਹੀ ਮਨਾ ਕਰਤਾ ਸੀ ਕੰਗਣਾ ਰਣੌਤ ਨੂੰ ਕਿ ਤੈਨੂੰ ਅਸੀਂ ਸਰਟੀਫਿਕੇਟ ਨਹੀਂ ਦੇਣਾ। ਕੰਗਣਾ ਰਣੌਤ ਅਤੇ ਉਸਦੀ ਟੀਮ ਦਾ ਕਹਿਣਾ ਸੀ ਕਿ 29 ਅਗਸਤ ਨੂੰ ਉਸ ਨੂੰ ਇੱਕ ਮੇਲ ਮਿਲੀ ਸੀ, ਮੇਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਜਿਹੜੀ ਫਿਲਮ ਹੈ ਇਸ ਨੂੰ ਸਰਟੀਫਿਕੇਟ ਜਾਰੀ ਕੀਤਾ ਜਾ ਰਿਹਾ। ਕਹਿੰਦੀ ਬਾਅਦ ਦੇ ਵਿੱਚ ਜਦੋਂ ਰੌਲਾ ਪਿਆ ਫਿਲਮ ਦੇ ਉੱਪਰ, ਬਾਅਦ ਦੇ ਵਿੱਚ ਸਰਟੀਫਿਕੇਟ ਹੈ ਜਿਹੜਾ ਮੈਨੂੰ ਦਿੱਤਾ ਨਹੀਂ ਗਿਆ, ਸੈਂਸਰ ਬੋਰਡ ਨੇ ਗੱਲੇ ਨਹੀਂ ਕਰੀ। ਉਸ ਤੋਂ ਬਾਅਦ ਇਹ ਕੰਗਣਾ ਰਣੌਤ ਕੋਰਟ ਦੇ ਵਿੱਚ ਚਲੀ ਗਈ। ਕੋਰਟ ਨੇ ਸੈਂਸਰ ਬੋਰਡ ਨੂੰ ਕਿਹਾ ਕਿ 18 ਤਰੀਕ ਤੋਂ, 18 ਸਤੰਬਰ ਤੋਂ ਪਹਿਲਾਂ ਤੁਸੀਂ ਜਿਹੜਾ ਸਰਟੀਫਿਕੇਟ ਆ ਜਾਰੀ ਕਰੋ, ਜਾਂ ਕਾਰਨ ਦੱਸੋ ਕਿ ਸਰਟੀਫਿਕੇਟ ਹੈ ਜਿਹੜਾ ਤੁਸੀਂ ਕਿਉਂ ਜਾਰੀ ਨਹੀਂ ਕਰ ਰਹੇ ਹੈਗੇ। ਹੁਣ ਜਿਹੜਾ ਸਰਟੀਫਿਕੇਟ ਹੈ ਸੈਂਸਰ ਬੋਰਡ ਨੇ ਜਾਰੀ ਤਾਂ ਕਰਤਾ, ਪਰ ਦੂਸਰੇ ਪਾਸੇ ਪੰਜਾਬੀਆਂ ਦਾ ਜਿਹੜਾ ਵਿਰੋਧ ਸੀ, ਕਿਉਂਕਿ ਆਪਣੇ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਫਿਰ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜਿਹੜੇ ਪੰਜਾਬ ਨੂੰ, ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਉਹਨਾਂ ਦਾ ਕਹਿਣਾ ਸੀ ਕਿ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਕੁਝ ਗਲਤ ਚੀਜ਼ਾਂ ਨੇ ਜਿਹੜੀਆਂ ਦਿਖਾਈਆਂ ਗਈਆਂ ਨੇ, ਜਿਸ ਦੇ ਨਾਲ ਛਵੀ ਖਰਾਬ ਹੁੰਦੀ ਹੈ ਪੰਜਾਬ ਦੇ ਲੋਕਾਂ ਦੀ, ਪੰਜਾਬੀਆਂ ਦੀ। ਉਹਨਾਂ ਨੂੰ ਫਿਲਮ ਦੇ ਵਿੱਚੋਂ ਹਟਾਇਆ ਜਾਵੇ, ਸੈਂਸਰ ਬੋਰਡ ਨੂੰ ਵੀ ਦੱਸਿਆ, ਹੋਰ ਵੀ ਅਫਸਰਾਂ ਨੂੰ ਦੱਸਿਆ ਕਿ ਭਾਈ ਇਸ ਤਰ੍ਹਾਂ ਦੇ ਸੀਨ ਨੇ ਫਿਲਮ ਦੇ ਵਿੱਚੋਂ ਹਟਾਏ ਜਾਣ। ਹੁਣ ਜਿੱਤ ਜਿਹੜੀ ਮੈਂ ਕਿਹਾ ਸੀ ਕਿ ਇੱਕ ਵੱਡੀ ਜਿੱਤ ਵੀ ਹੋਈ ਹੈ ਆਪਣੀ, ਜਿੱਤ ਇਸ ਕਰਕੇ ਹੋਈ ਆ 10 ਵੱਡੇ ਬਦਲਾਵ ਨੇ ਜਿਹੜੇ ਕਰਨੇ ਪੈਣਗੇ ਕੰਗਣਾ ਨੂੰ। 3 ਕੱਟ ਨੇ, ਸਿੱਧੇ ਸਿੱਧੇ 3 ਕੱਟ ਨੇ ਫਿਲਮ ਦੇ ਵਿੱਚ, ਵੀ ਉਹ ਕੱਟਣੇ ਹੀ ਪੈਣਗੇ ਉਸ ਨੂੰ, 3 ਸੀਨ ਨੇ ਜਿਹੜੇ ਕੱਟਣੇ ਪੈਣਗੇ। ਕੁਝ ਕੁ ਜਿਹੜੇ ਸੀਨ ਨੇ ਉਸ ਦੇ ਵਿੱਚ ਪੰਜਾਬੀਆਂ ਦੇ ਨਾਲ ਜੁੜੇ ਹੋਏ ਨੇ, ਕੁਝ ਕੁ ਹੋਰ ਨੇ ਗੁਆਂਢੀ ਮੁਲਕਾਂ ਦੇ ਨਾਲ ਜੁੜੇ ਹੋਏ ਨੇ, ਜਿਹੜੇ ਕਹਿੰਦੇ ਨੇ ਵੀ ਜਦੋਂ ਅਗਰ ਫਿਲਮ ਰਿਲੀਜ਼ ਹੁੰਦੀ ਹੈ ਇਹ ਸੀਨ ਫਿਲਮ ਦੇ ਵਿੱਚ ਹੋਣਗੇ ਤਾਂ ਬਹੁਤ ਕੁਝ ਗਲਤ ਹੋ ਜਾਊਗਾ, ਇਸ ਕਰਕੇ ਸੈਂਸਰ ਬੋਰਡ ਕਹਿੰਦਾ ਵੀ ਇਹ ਸੀਨ ਨੇ ਜਿਹੜੇ ਕੱਟੇ ਜਾਣ। ਹੁਣ ਕੰਗਣਾ ਰਣੌਤ ਅਤੇ ਇਸ ਦੀ ਜਿਹੜੀ ਟੀਮ ਆ ਮੰਨ ਗਈ ਸਾਰੇ ਬਦਲਾਵ ਕਿਹੜੇ ਕਰਨੇ ਨੇ, ਕਹਿੰਦੇ ਕਰ ਦਾਂਗੇ, ਪਰ ਇੱਕ ਬਦਲਾਵ ਹੈ ਵੱਡਾ, ਕਹਿੰਦੇ ਉਹ ਨਹੀਂ ਅਸੀਂ ਕਰ ਸਕਦੇ। ਹੁਣ ਇਹਦਾ ਜਿਹੜਾ ਫੈਸਲਾ ਇਹ ਹੋਊਗਾ 18 ਸਤੰਬਰ ਨੂੰ ਕੋਰਟ ਦੇ ਵਿੱਚ, ਵੀ ਇਹ ਬਦਲਾਵ ਕਿਹੜਾ ਬਦਲਾਵ ਹੈ, ਇਹ ਕਿਉਂ ਨਹੀਂ ਕਰਨਾ ਚਾਹੁੰਦੇ। ਇਹ ਕਹਿੰਦੀ ਆ ਵੀ ਅਗਰ ਮੈਂ ਇਹ ਸੀਨ ਕੱਟਦਾ ਫਿਲਮ ਦੇ ਵਿੱਚੋਂ, ਫਿਰ ਕਹਿੰਦੀ ਫਿਲਮ ਦੇ ਵਿੱਚ ਕੁਝ ਰਹਿਣੀ ਨਹੀਂ ਹੈਗਾ, ਫਿਰ ਗਲਤ ਦਿਖਾਉਂਦੇ ਕਿਉਂ ਤੁਸੀਂ, ਜੇ ਤੁਹਾਨੂੰ ਇੱਦਾਂ ਲੱਗਦਾ ਕਿ ਸੀਨ ਕੱਟ ਕੇ ਕੁਝ ਰਹਿਣਾ ਨਹੀਂ, ਗਲਤ ਨਾ ਦਿਖਾਇਆ ਕਰੋ। ਇੱਥੇ ਕੋਰਟ ਨੇ ਇੱਕ ਹੋਰ ਵੱਡੀ ਗੱਲ ਕਹੀ ਕੰਗਣਾ ਰਣੌਤ ਨੂੰ ਕਿ ਪੰਜਾਬੀਆਂ ਦੇ ਉੱਪਰ ਤਬਾ ਲਾਤਾ ਤਾ ਫਿਲਮ ਦੇ ਵਿੱਚ, ਕਿਹੜੀ ਪੰਜਾਬੀ ਕੌਮ ਆ, ਸਿੱਖ ਕੌਮ ਆ, ਇਹ ਦੇਸ਼ ਦੀ ਸੇਵਾ ਕਰਨ ਵਾਲੀ ਕੌਮ ਆ। ਕੋਰਟ ਦੇ ਵਿੱਚ ਸਿੱਧਾ ਕਿਹਾ ਗਿਆ ਜੱਜ ਸਾਹਿਬ ਵੱਲੋਂ ਕੰਗਣਾ ਰਣੌਤ ਦੀ ਟੀਮ ਨੂੰ ਕਿ ਜਿਹੜੀ ਪੰਜਾਬੀਆਂ ਦੀ ਕੌਮ ਹੈ, ਸਿੱਖ ਕੌਮ ਆ, ਇਹ ਸੇਵਾ ਕਰਦੀ ਹੈ ਸ਼ੁਰੂ ਤੋਂ, ਕੋਈ ਗਲਤ ਛਵੀ ਹੈ ਜਿਹੜੀ ਇਸ ਦੀ ਪੇਸ਼ ਨਾ ਕਰਿਓ ਫਿਲਮ ਦੇ ਵਿੱਚ। ਅਤੇ ਇੱਕ ਕੋਰਟ ਨੇ ਨਾਲ ਹੋਰ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜੇ ਸੀਨ ਤੁਸੀਂ ਨੇ ਫਿਲਮ ਦੇ ਵਿੱਚ ਦਿਖਾਏ ਨੇ ਉਹਨਾਂ ਦਾ ਸੋਰਸ ਕੀ ਆ, ਕਿੱਥੋਂ ਪਤਾ ਲੱਗਿਆ, ਕੀ ਤੱਥ ਨੇ, ਕਿਹੜੇ ਤੱਥਾਂ ਦੇ ਆਧਾਰ 'ਤੇ ਤੁਸੀਂ ਫਿਲਮ ਦੇ ਵਿੱਚ ਇਹ ਸੀਨ ਪਾ ਰਹੇ ਹੋ, ਇਸ ਦਾ ਨਾਲ ਤੁਸੀਂ ਕਹਿੰਦੇ ਸਪਸ਼ਟੀਕਰਨ ਜਿਹੜਾ ਸਾਨੂੰ ਸਿੱਧਾ ਸਿੱਧਾ ਦਿਓ। ਹੁਣ 18 ਤਰੀਕ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਇਹ ਕੋਰਟ ਦੇ ਵਿੱਚ ਦੇਣਗੇ ਕਿ ਅਗਰ ਕੋਈ ਸੀਨ ਆਪਣੇ ਖਿਲਾਫ਼ ਦਿਖਾਤਾ ਇਸ ਫਿਲਮ ਦੇ ਵਿੱਚ, ਕਿਉਂ ਦਿਖਾਇਆ, ਤੱਥ ਕੀ ਨੇ ਉਸਦੇ, ਸੋਰਸ ਕੀ ਆ ਉਸਦਾ, ਕਿੱਥੋਂ ਮਿਲਿਆ ਤੁਹਾਨੂੰ ਉਹ ਸੀਨ, ਉਹਦੀ ਪੁਸ਼ਟੀ ਕਿਵੇਂ ਹੁੰਦੀ ਹੈ ਕਿ ਬਾਕੀ ਇਹ ਸਹੀ ਗੱਲ ਸੀ। ਤਾਂ ਕੋਰਟ ਨੇ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਪਰ ਰੋਕ ਲਾਈ ਹੈ, ਇੱਕ ਤਰ੍ਹਾਂ ਨਾਲ ਕਹੀਏ। ਦੂਸਰੇ ਪਾਸੇ ਕੋਰਟ ਨੇ ਕਿਹਾ ਕਿ ਜਿਹੜੀ ਫਿਲਮ ਹੈ ਇਹ ਰਿਲੀਜ਼ ਹੋਣੀ ਵੀ ਚਾਹੀਦੀ ਹੈ, ਸੈਂਸਰ ਬੋਰਡ ਨੂੰ ਕਿਹਾ, ਕਿਉਂਕਿ ਕਹਿੰਦੇ ਨੇ ਫਿਲਮ ਦੇ ਉੱਪਰ ਪੈਸਾ ਲੱਗਿਆ, ਪ੍ਰੋਡਿਊਸਰ ਰੋਣ ਲੱਗ ਗਿਆ ਕਿ ਮੇਰਾ ਪੈਸਾ ਲੱਗਿਆ ਬਹੁਤ ਵੱਡਾ ਫਿਲਮ ਦੇ ਉੱਪਰ। ਤਾਂ ਹੁਣ ਦੇਖਾਂਗੇ ਆਪਾਂ 18 ਤਰੀਕ ਤੋਂ ਬਾਅਦ ਕਿ ਆਖਰ ਬਣਦਾ ਕੀ ਹੈ।
ਬਾਕੀ ਇਹ ਵੀ ਦੇਖਣਾ ਹੋਊਗਾ ਕਿ ਕੀ ਸੱਚਮੁੱਚ ਇਹ ਸੀਨ ਕੱਟੇ ਜਾਂਦੇ ਨੇ ਜਾਂ ਫਿਰ ਇਹ ਸਿਰਫ ਗੱਲੀ ਨੇ, ਇਸੇ ਤਰ੍ਹਾਂ ਰਿਲੀਜ਼ ਹੋ ਜਾਂਦੀ ਹੈ ਫਿਲਮ, ਹੈ ਨਾ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਤਾਂ ਮਿੱਤਰੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ, ਕਿਉਂਕਿ ਯਾਰ ਇਹ ਬਹੁਤ ਇਸ ਤਰ੍ਹਾਂ ਦੀਆਂ ਫਿਲਮਾਂ ਨੇ ਜਿਹੜੀਆਂ ਕਿ ਬਾਲੀਵੁੱਡ ਦੇ ਵਿੱਚ ਬਣ ਜਾਂਦੀਆਂ ਨੇ, ਜਿਨ੍ਹਾਂ ਦਾ ਕੋਈ ਸੋਰਸ ਹੁੰਦਾ ਨਹੀਂ, ਪਤਾ ਨਹੀਂ ਕਿੱਥੋਂ ਸੀਨ ਪਾ ਦਿੰਦੇ ਨੇ ਚੱਕ ਕੇ, ਦੱਸਦੇ ਹੈ ਨਹੀਂ ਕਿ ਕਿਹੜੀ ਕਿਤਾਬ ਦੇ ਵਿੱਚ ਇਹ ਛਪਿਆ ਹੋਇਆ ਜਾਂ ਫਿਰ ਕਿਹੜੀ ਪੁਰਾਣੀ ਖਬਰ ਹੈ, ਕਿਹੜੀ ਦੇ ਆਧਾਰ 'ਤੇ ਜਾਂ ਕਿਹੜੇ ਉਹ ਬੰਦੇ ਨੇ ਜਿਨ੍ਹਾਂ ਨੇ ਤੁਹਾਨੂੰ ਇਹ ਚੀਜ਼ਾਂ ਦੱਸੀਆਂ ਨੇ। ਬਾਕੀ ਦੇਖਦੇ ਹਾਂ ਆਉਣ ਤੋਂ ਬਾਅਦ ਜਿਹੜੀ ਫਿਲਮ ਹੈ ਇਹ ਕਿਸ ਤਰ੍ਹਾਂ ਦਾ ਰਿਸਪੌਂਸ ਰਹਿੰਦਾ ਇਸ ਫਿਲਮ ਨੂੰ। ਬਾਕੀ ਚਾਹੇ ਕੱਟ ਹੋ ਵੀ ਜਾਣ, ਪੰਜਾਬ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ, ਤਾਂ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ। ਧੰਨਵਾਦ।